ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਉਹ ਮਤਲਬ ਉਹਨਾਂ ਮੈਨੂੰ ਫੋਨ ਕੀਤਾ ਜਨਾਨੀ ਨੇ ਵੀ ਤੁਸੀਂ ਮੈਂ ਤੁਹਾਨੂੰ ਮਿਲਣਾ ਹੈਗਾ ਅਤੇ ਤੁਸੀਂ ਆਓ ਉੱਚੀ ਪੁਲੀ 'ਤੇ। ਮੈਂ ਉੱਚੀ ਪੁਲੀ 'ਤੇ ਜਾਣਦਾ ਮੈਨੂੰ ਕਿੱਥੇ ਹੈਗੀ ਉੱਚੀ ਪੁਲੀ ਕਿੱਥੇ ਨਹੀਂ, ਅਤੇ ਮੈਂ ਤਿਲਕ ਦੇ ਹਸਪਤਾਲ ਜਾਣਾ ਕਹਿੰਦੀ ਤਿਲਕ ਦੇ ਹਸਪਤਾਲ ਉੱਥੇ ਆ ਜਾਓ। ਉੱਥੇ ਮੈਂ ਚੱਲ ਗਿਆ, ਉੱਥੇ ਜਾਣ ਤੋਂ ਬਾਅਦ 10-15 ਮਿੰਟ ਮੈਂ ਰੁਕਿਆ, ਫਿਰ ਮੈਂ ਫੋਨ ਕੀਤਾ ਮੈਂ ਤੂੰ ਆਇਆ ਹੀ ਨਹੀਂ, ਉਹ ਫਿਰ ਆ ਗਈ, ਫਿਰ ਸਕੂਟਰ ਮਗਰ ਬਹਿ ਗਈ ਮੇਰੇ, ਉਹ ਬਹਿ ਕੇ ਫਿਰ ਕਿਸੇ ਦੇ ਘਰ ਲੈ ਗਈ ਮੈਨੂੰ, ਕਿਸੇ ਦੇ ਘਰ ਲੈ ਗਏ, ਉੱਥੇ ਜਾ ਕੇ ਬੈਠੇ। ਬਹਿਣ ਤੋਂ ਬਾਅਦ ਮੈਨੂੰ ਕਹਿੰਦੀ ਵੀ ਤੂੰ ਆਪਣੇ ਕੱਪੜੇ ਖੋਲ੍ਹ, ਹਾਂ ਆਪਣੇ ਖੋਲ੍ਹੇ, ਉਨੇ ਖੋਲ੍ਹੇ, ਉਨੇ ਚਿਰ ਬਾਅਦ 2 ਮਿੰਟ ਬਾਅਦ ਸਰਦਾਰ ਆ ਗਿਆ, ਉਹਨੇ ਫੋਨ ਕੀਤਾ ਕਿ ਸਰਦਾਰ ਤੱਕ ਮੋੜਾ ਬੰਦਾ ਆ ਗਿਆ, ਉਹਨਾਂ ਸਾਡੀ ਫੋਟੋ ਖਿੱਚ ਲਈਆਂ, ਔਰ ਮੈਨੂੰ ਕਿਹਾ ਵੀ ਜੇ ਤੂੰ ਕੇਸ ਮੁਕਾਉਣਾ ਹੋਣੀ ਤਾਂ 1,00,000 ਰੁਪਈਆ ਦੇ, ਨਹੀਂ ਤਾਂ ਅਸੀਂ ਤੇਰੀ ਫੋਟੋ ਨੈੱਟ ਪਾ ਦੇਣੀ ਔਰ ਅਸੀਂ ਪੁਲਿਸ ਥਾਣੇ ਰਿਪੋਰਟ ਦੇ ਦੇਣੀ। ਉਹ ਮਤਲਬ ਉਹਨਾਂ ਮੈਨੂੰ ਫੋਨ ਕੀਤਾ ਜਨਾਨੀ ਨੇ ਵੀ ਤੁਸੀਂ ਮੈਂ ਤੁਹਾਨੂੰ ਮਿਲਣਾ ਹੈਗਾ ਅਤੇ ਤੁਸੀਂ ਆਓ ਉੱਚੀ ਪੁਲੀ 'ਤੇ। ਮੈਂ ਉੱਚੀ ਪੁਲੀ 'ਤੇ ਜਾਣਦਾ ਮੈਨੂੰ ਕਿੱਥੇ ਹੈਗੀ ਉੱਚੀ ਪੁਲੀ ਕਿੱਥੇ ਨਹੀਂ, ਅਤੇ ਮੈਂ ਤਿਲਕ ਦੇ ਹਸਪਤਾਲ ਜਾਣਾ ਕਹਿੰਦੀ ਤਿਲਕ ਦੇ ਹਸਪਤਾਲ ਉੱਥੇ ਆ ਜਾਓ। ਉੱਥੇ ਮੈਂ ਚੱਲ ਗਿਆ, ਉੱਥੇ ਜਾਣ ਤੋਂ ਬਾਅਦ 10-15 ਮਿੰਟ ਮੈਂ ਰੁਕਿਆ, ਫਿਰ ਮੈਂ ਫੋਨ ਕੀਤਾ ਮੈਂ ਤੂੰ ਆਇਆ ਹੀ ਨਹੀਂ, ਉਹ ਫਿਰ ਆ ਗਈ, ਫਿਰ ਸਕੂਟਰ ਮਗਰ ਬਹਿ ਗਈ ਮੇਰੇ, ਉਹ ਬਹਿ ਕੇ ਫਿਰ ਕਿਸੇ ਦੇ ਘਰ ਲੈ ਗਈ ਮੈਨੂੰ, ਕਿਸੇ ਦੇ ਘਰ ਲੈ ਗਏ, ਉੱਥੇ ਜਾ ਕੇ ਬੈਠੇ। ਬਹਿਣ ਤੋਂ ਬਾਅਦ ਮੈਨੂੰ ਕਹਿੰਦੀ ਵੀ ਤੂੰ ਆਪਣੇ ਕੱਪੜੇ ਖੋਲ੍ਹ, ਹਾਂ ਆਪਣੇ ਖੋਲ੍ਹੇ, ਉਨੇ ਖੋਲ੍ਹੇ, ਉਨੇ ਚਿਰ ਬਾਅਦ 2 ਮਿੰਟ ਬਾਅਦ ਸਰਦਾਰ ਆ ਗਿਆ, ਉਹਨੇ ਫੋਨ ਕੀਤਾ ਕਿ ਸਰਦਾਰ ਤੱਕ ਮੋੜਾ ਬੰਦਾ ਆ ਗਿਆ, ਉਹਨਾਂ ਸਾਡੀ ਫੋਟੋ ਖਿੱਚ ਲਈਆਂ, ਔਰ ਮੈਨੂੰ ਕਿਹਾ ਵੀ ਜੇ ਤੂੰ ਕੇਸ ਮੁਕਾਉਣਾ ਹੋਣੀ ਤਾਂ 1,00,000 ਰੁਪਈਆ ਦੇ, ਨਹੀਂ ਤਾਂ ਅਸੀਂ ਤੇਰੀ ਫੋਟੋ ਨੈੱਟ ਪਾ ਦੇਣੀ ਔਰ ਅਸੀਂ ਪੁਲਿਸ ਥਾਣੇ ਰਿਪੋਰਟ ਦੇ ਦੇਣੀ। ਅਤੇ ਮੈਂ ਡਰਦੇ ਮੋਦੀ, ਮੈਂ ਮੇਰੇ ਕੋਲ ਪੈਸੇ ਦੇਖ ਲਏ ਕੋਈ ਨਹੀਂ ਹੈਗੇ, ਉਹਨੇ ਤਲਾਸ਼ੀ ਲਈ, ਉਹਨੇ ਮੇਰੇ ਕੋਲ 1,000 ਰੁਪਇਆ ਨਿਕਲਿਆ, 1,200 ਰੁਪਇਆ ਉਹ ਲੈ ਲਿਆ। ਬਾਅਦ 'ਚ ਮੈਨੂੰ ਕਹਿੰਦਾ ਵੀ ਪੈਸੇ ਦਾ ਇੰਤਜ਼ਾਮ ਕਰ, ਮੈਂ ਮੇਰੇ ਸਰਪੰਚ ਸਾਹਿਬ ਨਾਲ ਗੱਲ ਕਰ ਲਓ, ਸਰਪੰਚ ਸਾਹਿਬ ਨਾਲ ਗੱਲ ਕਰਾਈ, ਸਰਪੰਚ ਸਾਹਿਬ ਨਾਲ ਗੱਲ ਕਰਾਈ, ਉਹਨੂੰ ਮੈਨੂੰ ਕਹਿੰਦਾ ਵੀ ਉਹਨਾਂ ਨੂੰ ਕਹੋ ਵੀ ਅਸੀਂ ਫਾਈਨੈਂਸ ਨਾਲ ਲਿਆ ਗਏ, ਉਹਨਾਂ ਕੋਲ ਮੈਂ 1,00,000 ਰੁਪਇਆ ਲੈ ਲਾ ਲੈ ਲਾ, ਅਤੇ ਮੈਂ ਉਹ ਪੈਸੇ ਲੈਣੇ ਵਾਪਸ। ਮਤਲਬ ਮੈਂ ਉਸਦੇ ਉਹਨਾਂ ਨਾਲ ਗੱਲ ਕਰਤੀ ਨਾ ਉਹਦੇ, ਵੀ ਉਹ ਕਹਿੰਦੇ ਵੀ ਅਸੀਂ ਫਾਈਨੈਂਸ ਨਾਲ ਲਿਆ ਗਏ, ਅਸੀਂ 1,00,000 ਰੁਪਇਆ ਦੇ ਕੋਲ ਲੈਣਾ ਹੈਗਾ, ਅਤੇ ਪੈਸੇ ਲੈ ਗਿਆ ਉਹ ਸਰਪੰਚ ਸਾਹਿਬ, ਕਹਿੰਦਾ ਵੀ ਪੈਸੇ ਹਿਲੇ ਤਾਂ ਨਹੀਂ, ਕੱਲ੍ਹ ਤੁਸੀਂ ਆਇਓ ਅਤੇ ਪੈਸੇ ਤੁਸੀਂ ਲੈ ਜਾਓ ਮੇਰੇ, ਠੀਕ ਹੈ। ਫਿਰ ਉਹ ਅਜੀਤਪੁਰ, ਫਿਰ ਉਹਦੇ ਬਾਅਦ ਫਿਰ ਮੈਨੂੰ ਕਹਿੰਦੇ ਵੀ ਤੂੰ ਘਰੋਂ ਪੈਸੇ ਮੰਗਾ। ਮੈਂ ਮੁੰਡੇ ਫੋਨ ਕੀਤਾ, ਉਹ ਘਰੋਂ 8,000 ਰੁਪਈਆ ਅਤੇ ਚੈੱਕ ਬੁੱਕ ਅਤੇ ਆਧਾਰ ਕਾਰਡ ਮੰਗਾਇਆ, ਉਹ ਮੈਨੂੰ ਮੰਗਾਇਆ, ਉਹ ਫਿਰ ਉਹਦੇ ਘਰੋਂ ਅਸੀਂ ਆ ਗਏ ਜਿੱਥੇ ਮਤਲਬ ਹਸਪਤਾਲ ਜਿੱਥੋਂ ਮੈਂ ਗਿਆ ਸੀ, ਉੱਥੇ ਆਣ ਕੇ ਉਹਨਾਂ ਮੇਰੇ ਕੋਲ ਪੈਸੇ ਲਏ, ਚੈੱਕ ਬੁੱਕ ਲਏ ਅਤੇ ਆਧਾਰ ਕਾਰਡ ਲਿਆ ਮੇਰਾ। ਫਿਰ ਇਹ ਕਹਿੰਦੇ ਵੀ ਤੁਸੀਂ ਜਾਓ ਕੱਲ੍ਹ ਪੈਸੇ ਦਾ ਇੰਤਜ਼ਾਮ ਕਰੋ 4 ਵਜੇ ਨਾਲ। ਕਿੰਨੇ ਪੈਸੇ ਦਿੱਤੇ? ਮੈਂ 99,000 ਰੁਪਏ ਦਿੱਤਾ ਹੁਣ ਉਸ ਵੇਲੇ। ਅਤੇ ਕੰਪਲੇਂਟ ਤੁਸੀਂ ਥਾਣੇ ਕੰਪਲੇਂਟ ਦੇ ਦਿੱਤੀ ਹੈ? ਹਾਂ ਕੰਪਲੇਂਟ। ਫਿਰ ਮੈਂ ਦੂਸਰੇ ਦਿਨ ਫਿਰ ਮੈਂ ਆਪਣੇ ਮੇਰਾ ਇੱਕ ਰਿਸ਼ਤੇਦਾਰ ਸੀ, ਮੈਂ ਉਹਨੂੰ ਫੋਨ ਕੀਤਾ ਪੁਲਿਸ ਜਾ ਕੇ, ਮੈਂ ਸਾਰੇ ਇੱਦਾਂ ਦਾ ਮੇਰੇ ਨਾਲ ਗੱਲ ਹੋ ਗਈ ਹੈ, ਧੱਕਾ ਆਇਆ। ਫਿਰ ਉਹਨਾਂ ਕਿਹਾ ਵੀ ਸਵੇਰੇ ਅਸੀਂ ਪਠਾਨਕੋਟ ਆਏ ਅਤੇ ਬਿਜ਼ਨਸ ਲਾਈ ਸਾਰਿਆਂ ਨੂੰ ਉਹਨਾਂ ਨਾਲ ਗੱਲ ਕੀਤੀ, ਫਿਰ ਉਹਨਾਂ ਮਨਾਸਾ ਨਾਲ ਮਿਲਾਇਆ, ਫਿਰ ਉਹਨਾਂ ਮੈਂ ਸੱਚੀ ਗੱਲ ਦੱਸਤੀ ਵੀ ਇਹ ਮੇਰੇ ਨਾਲ ਧੱਕਾ ਆਇਆ। 7 ਤਰੀਕ ਨੂੰ ਸਾਡੇ ਕੋਲ ਸੋਹਣ ਲਾਲ ਨਾਂ ਦਾ ਵਿਅਕਤੀ ਆਇਆ ਸੀ, ਅਜੀਤਪੁਰ ਸੁਜਾਨਪੁਰ ਦਾ ਰਹਿਣ ਵਾਲਾ। ਉਹਨਾਂ ਅੱਗੇ ਸ਼ਿਕਾਇਤ ਕੀਤੀ ਹੈ, ਪਹਿਲਾਂ ਮੇਰੇ ਆਫਿਸ ਆਇਆ, ਉਹਨੇ ਦੱਸਿਆ ਵੀ ਮੈਨੂੰ ਪਹਿਲਾਂ ਫੋਨ 'ਤੇ ਲਿਓਰ ਕੀਤਾ ਗਿਆ ਬੁਲਾਉਣ ਲਈ, ਐਂਡ ਫਿਰ ਮੈਂ ਸੱਚ ਸਾਹਿਬ ਨੂੰ ਕਿਹਾ ਵੀ ਰਜਿਸਟਰਡ ਦਾ ਕੇਸ ਰਜਿਸਟਰ ਵਾਂਗ ਇਨਵੈਸਟੀਗੇਸ਼ਨ ਦੌਰਾਨ ਆਪਾਂ 3 ਲੇਡੀਜ਼ ਜਿਹੜੀਆਂ ਅਰੈਸਟ ਕਰ ਲਈਆਂ ਸੀ, ਔਰ 2 ਬੰਦੇ 3 ਹੋਰ ਹੈ, 2 ਤਾਂ ਸਾਨੂੰ ਨਾਮ ਪਤਾ ਕਿਹੜੇ ਹੈਗੇ ਨਾ, ਬਟ ਇੱਕ ਬੰਦਾ ਉਹਨਾਂ ਦੇ ਨਾਲ ਹੋਰ ਹੈ ਜਿਹਦੇ ਬਾਰੇ ਅਸੀਂ ਆਈਡੈਂਟੀਫਾਈ ਕਰ ਰਹੇ ਹਾਂ, ਉਹ ਅਰੈਸਟ ਕਰਨਾ ਬਾਕੀ। ਬੇਸਿਕਲੀ ਇਹ ਪਹਿਲਾਂ ਆਈਡੈਂਟੀਫਾਈ ਕਰਦੇ ਸੀ ਵੀ ਕਿਹੜਾ ਸਾਡੇ ਚਾਂਸੇ 'ਚ ਆ ਸਕਦਾ, ਉਹ ਲੇਡੀਜ਼ ਥਰੂ ਉਹਨਾਂ ਨੂੰ ਫੋਨ ਕਰਾ ਕੇ ਉਹਨਾਂ ਨੂੰ ਬੁਲਾਇਆ ਜਾਂਦਾ ਸੀ, ਫਿਰ ਕਿਸੇ ਕਮਰੇ ਲਿਜਾ ਕੇ ਉੱਥੇ ਫਿਰ ਪਿੱਛੋਂ 2 ਬੰਦੇ ਜਿਹੜੇ ਆ ਨਾਲ ਇੱਕ ਲੇਡੀ ਹੈ ਉਹ ਪਿੱਛੋਂ ਪਹੁੰਚ ਜਾਂਦੇ ਸੀ, ਉਹਨਾਂ ਨੂੰ ਡਰਾ ਧਮਕਾ ਕੇ ਉਹਨਾਂ ਦੀਆਂ ਇਤਰਾਜ਼ਯੋਗ ਹਾਲ 'ਚ ਫੋਟੋਆਂ ਖਿੱਚ ਕੇ ਫਿਰ ਉਹਨਾਂ ਨੂੰ ਬਲੈਕਮੇਲ ਕੀਤਾ ਜਾਂਦਾ ਸੀ, ਪੈਸੇ ਦਿਓ ਅਦਰਵਾਈਜ਼ ਤੁਹਾਡਾ ਸੋਸ਼ਲ ਮੀਡੀਆ 'ਚ ਪਾ ਦਾਂਗੇ, ਜਾਂ ਹੋਰ ਧਮਕੀਆਂ ਦਿੰਦੇ ਸੀ। ਆਰੋਪੀ ਇੱਕ ਹੈਗੀ ਹੈ ਸੋਨੀਆ, ਇੱਕ ਸਿਮਰਨਜੀਤ ਕੌਰ, ਇੱਕ ਆਰਤੀ। ਫਿਲਹਾਲ ਆਪਾਂ 3 ਅਰੈਸਟ ਕੀਤੀਆਂ, 2 ਜਿਹੜੇ ਅਜੇ ਨਾਮਜ਼ਦ ਨਾ, ਉਹ ਹੈਗੀ ਸੁਖਵਿੰਦਰ ਕੌਰ, ਐਂਡ ਬੰਦੇ ਦਾ ਨਾਂ ਹੈਗਾ ਸਰਬਜੀਤ ਸਿੰਘ ਜੱਗਾ, ਔਰ ਇਹਨਾਂ ਨਾਲ ਇੱਕ ਹੋਰ ਆਦਮੀ ਹੈ ਜਿਹੜਾ ਕਿ ਅਸੀਂ ਆਈਡੈਂਟੀਫਾਈ ਕਰ ਰਹੇ ਹਾਂ। ਇਹ 3 ਅਜੇ ਅਰੈਸਟ ਕਰਨੇ ਬਾਕੀ ਨੇ। ਮਾਮਲਾ ਐਕਸਟ੍ਰੋਰਸ਼ਨ ਦਾ ਦਰਜ ਕੀਤਾ 384-506 IPC। ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਰੂਹਾਨੀ ਤੇ ਕਾਲੇ ਇਲਮ ਦੇ ਮਾਹਿਰ ਬੀਬੀ ਰਾਜਵਿੰਦਰ ਜੀ
ਸਾਰੀਆਂ ਸਮੱਸਿਆਵਾਂ ਦਾ ਹੱਲ 2 ਘੰਟੇ ਵਿੱਚ ਘਰ ਬੈਠੇ। ਵਸ਼ੀਕਰਨ ਕਰਨਾ, ਮੁੱਠੀਕਰਨ ਕਰਨਾ ਜਾਂ ਤੁੜਵਾਉਣਾ, ਵਿਦੇਸ਼ ਯਾਤਰਾ ਵਿੱਚ ਰੁਕਾਵਟ, ਪੀਆਰ ਵਿੱਚ ਰੁਕਾਵਟ, ਲਵ ਮੈਰਿਜ ਪਿਆਰ 'ਚ ਰੁਕਾਵਟ। ਜੇਕਰ ਤੁਹਾਡਾ ਪਤੀ ਪਤਨੀ ਧੀ ਭੈਣ ਭਰਾ ਕਿਸੇ ਦੇ ਵਸ਼ 'ਚ ਹਨ, ਉਸ ਤੋਂ ਛੁਟਕਾਰਾ ਮੈਂ ਦਿਲਾਵਾਂਗੀ। ਲਾਟਰੀ ਚਾਹੇ ਕੋਈ ਵੀ ਹੋਵੇ, 649 ਲੋਟੋ ਮੈਕਸ ਜਾਂ ਮੈਗਾ ਮਿਲੀਅਨ ਗਰੰਟਿਡ ਨਿਕਲੇਗੀ। ਫੋਨ ਮਿਲਾਉਂਦੇ ਹੀ ਤੁਹਾਡੀ ਜ਼ਿੰਦਗੀ ਸਵਰ ਜਾਵੇਗੀ। ਸਾਰੀਆਂ ਸਮੱਸਿਆਵਾਂ ਦਾ ਹੱਲ 1125 ਰੁਪਏ 'ਚ ਗਰੰਟੀ ਨਾਲ ਕਰਾਓ। ਕਰੋ ਸੰਪਰਕ ਬੀਬੀ ਰਾਜਵਿੰਦਰ 81 466 7700 9।